ਇਸ ਰਾਹ ਤੇ ਆਉਣ ਦੀਆਂ ਪੈੜਾਂ ਨੇ ਜਾਣਦੀਆਂ ਨਹੀਂ। ਸ਼ੁੱਕਰਵਾਰ ਦਾ ਦਿਨ ਯਾਨੀ ਕਿ ਫਿਲਮਾਂ ਦਾ ਦਿਨ ਤੇ ਅੱਜ ਫਿਲਮ ਰਿਲੀਜ਼ ਹੋਈ ਹੈ ਬਲੈਕੀਆ, ਜਿਹਦੇ ਮੇਨ ਲੀਡ ਰੋਲ ਦੇ ਵਿੱਚ ਤੁਹਾਨੂੰ ਨਜ਼ਰ ਆਉਣਗੇ ਦੇਵ ਖਰੌੜ। ਇਸ ਫਿਲਮ ਦੇ ਵਿੱਚ ਇੱਕ ਬਹੁਤ ਹੀ ਵਧੀਆ ਮੈਸੇਜ ਦਿੱਤਾ ਗਿਆ ਕਿ ਸਾਨੂੰ ਨਸ਼ਿਆਂ ਤੋਂ ਦੂਰ ਰਹਿਣਾ ਚਾਹੀਦਾ, ਕਿਉਂਕਿ ਇਸ ਰਾਹ ਦੇ ਵਿੱਚ ਆਉਣ ਦੀਆਂ ਤਾਂ ਪੈੜਾਂ ਹੁੰਦੀਆਂ ਨੇ ਬਟ ਬਾਹਰ ਆਉਣ ਦੀਆਂ ਪੈੜਾਂ ਬਿਲਕੁਲ ਨਹੀਂ ਹੁੰਦੀਆਂ। ਦੇਵ ਖਰੌੜ ਦੀ ਹਰ ਮੂਵੀ ਲੋਕਾਂ ਨੂੰ ਬਹੁਤ ਹੀ ਪਸੰਦ ਆਉਂਦੀ ਹੈ, ਕਿਉਂਕਿ ਉਹਨਾਂ ਦੀ ਹਰ ਮੂਵੀ 'ਚ ਕੋਈ ਨਾ ਕੋਈ ਮੈਸੇਜ ਲੋਕਾਂ ਨੂੰ ਜ਼ਰੂਰ ਸਿੱਖਣ ਨੂੰ ਮਿਲਦਾ। ਸੋ ਆਓ ਚੱਲਦੇ ਹੁਣ ਆਪਾਂ ਲੋਕਾਂ ਦੇ ਕੋਲ ਤੇ ਉਹਨਾਂ ਨੂੰ ਹੀ ਪੁੱਛਦੇ ਹਾਂ ਲੋਕਾਂ ਨੂੰ ਕਿ ਕਿਵੇਂ ਦੀ ਲੱਗੀ ਫਿਲਮ ਉਹਨਾਂ ਨੂੰ ਬਲੈਕੀਆ। ਕਿੱਦਾਂ ਲੱਗੀ ਫਿਲਮ? ਵਧੀਆ, ਬਹੁਤ ਵਧੀਆ, ਬਾਹਲੀ ਜ਼ਬਰਦਸਤੀ ਫਿਲਮ, ਬਾਹਲੀ ਐਂਡ ਯਾਰ ਸਿਰਾ, ਬਾਹਲੀ ਜ਼ਿਆਦੀ ਐਂਡ ਆ ਸਿਰਾ ਹੀ ਆ ਫਿਲਮ, ਪੂਰੀ ਵਧੀਆ ਭਾਈ, ਪੂਰੀ ਵਧੀਆ ਫਿਲਮ, ਪੂਰੀ ਮੂਵੀ ਵਧੀਆ, ਸਿਰਾ ਸਿਰਾ ਭਾਜੀ ਸਿਰਾ, ਬਹੁਤ ਵਧੀਆ ਜੀ। ਦੇਵ ਕਰੋੜ ਕਰੋੜ ਦੀ ਐਕਟਿੰਗ ਬਹੁਤ ਵਧੀਆ ਜੀ, ਮੈਂ ਨਾ ਪੂਰੀ ਤੱਕ ਚੈਂਪੀਅਨ ਗਾ। ਸਿਰਾ ਬਾਈ ਸਿਰਾ ਸਿਰਾ, ਗੱਲਬਾਤ ਵੀਰ, ਬਹੁਤ ਵਧੀਆ ਭਾਜੀ, ਬਹੁਤ ਵਧੀਆ ਸਿਰਾ। ਸਭ ਤੋਂ ਵਧੀਆ ਐਕਟਿੰਗ ਲੱਗੀ? ਸਭ ਤੋਂ ਵਧੀਆ ਤੇ ਚੀਮੇ ਦੀ ਲੱਗੀ ਆ ਬਣਦ, ਬਹੁਤ ਵਧੀਆ ਫਿਲਮ ਸੀ ਉੱਦਾਂ, ਅਤੇ ਅੱਜ ਦੇ ਬਾਰੇ ਜੋ ਦੱਸਿਆ ਉਹਨਾਂ ਕਿ ਨਸ਼ੇ ਬਾਰੇ ਬਹੁਤ ਵਧੀਆ ਨੇ, ਇੱਕ ਮੈਸੇਜ ਭੇਜਿਆ ਵਾ ਕਿ ਬਹੁਤ ਵਧੀਆ ਫਿਲਮ ਹੈ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ, ਬਹੁਤ ਵਧੀਆ ਫਿਲਮ, ਇੱਕ ਸੁਨੇਹਾ ਆਈ ਫਿਲਮ ਆਉਣ ਵਾਲੇ ਨੌਜਵਾਨ ਨੂੰ, ਸੁਨੇਹਾ ਕਿ ਗੈਂਗਸਟਰ ਜਾਂ ਨਾ ਜਾਓ, ਇਹ ਲੀਡਰ ਸਭ ਕੁਛ ਕਰਾ ਰਹੇ ਆ। ਸਿਰਾ ਜੀ ਸਿਰਾ ਹੱਥ, ਬਹੁਤ ਵਧੀਆ ਜੀ, ਬਹੁਤ ਵਧੀਆ ਐਕਟਿੰਗ, ਬਹੁਤ ਵਧੀਆ ਲੱਗੀ ਭਾਈ ਜੀ, ਵਧੀਆ ਭਰਾ, ਬਹੁਤ ਟਾਕਾ, ਉਹ ਐਂਡ ਜੀ ਸਿਰਾ ਗਰਾਤੀ ਵਾਲੀ ਸਿਰਾ ਜੀ, ਦੁੱਤੇ ਕੁਛ ਨਹੀਂ ਬਾਬੇ ਸਿਰਾ, ਬੰਬ ਭਾਜੀ ਬੰਬ, ਕੈਂਡ ਭਾਜੀ ਬਹੁਤ ਵਧੀਆ ਸੀ ਭਾਈ, ਓਕੇ ਸੀ, ਕੈਂਡ ਦੇ ਕਿੱਧਰ, ਕੈਂਡ ਕੈਂਡ ਮੂਵੀ, ਕੀ ਬਾਤ ਹੈ, ਇਹਨਾਂ ਨੇ ਬਲੈਕੀਆ ਲਿਖਵਾਇਆ ਵੀ ਹੋਇਆ ਆਪਣੇ ਭਾਈ, ਓਕੇ ਰਿਪੋਰਟਾਂ, ਓਕੇ ਰਿਪੋਰਟਾਂ, ਗੁੱਡ ਮੈਸੇਜ, ਵਾਲੀ ਸਿਰਾ ਲਾਤੀ ਵੀ ਭਾਈ। ਦੇਵ ਖਰੌੜ ਨੇ ਕੰਮ ਬਹੁਤ ਵਧੀਆ ਕੀਤਾ, ਐਵਰੇਜ ਹੈ। ਕਿੱਦਾਂ ਲੱਗੀ ਫਿਲਮ? ਭਾਜੀ ਫਿਲਮ ਸਿਰਾ ਬਹੁਤ ਵਧੀਆ ਫਿਲਮ ਹੈ, ਨਜ਼ਾਰੇ ਬੱਚੇ ਪੈਣ ਪੂਰੇ, ਬਲੈਕੀ ਨੇ ਸਿਰਾ ਕਰਾਤਾ ਭਾਈ, ਭਾਜੀ ਬਹੁਤ ਵਧੀਆ ਮੂਵੀ, ਬਹੁਤ ਵਧੀਆ ਮੈਸੇਜ ਸੀਗਾ ਭਾਈ, ਫਿਲਮ ਵਧੀਆ, ਸਿੰਘੇ ਨੂੰ ਨਹੀਂ ਲਿਆਂਦਾ ਯਾਰ ਇਹਨਾਂ ਨੇ ਯਾਰ। ਇਹ ਤਾਂ ਸੀ ਸਾਡੀ ਅੱਜ ਦੀ ਮੂਵੀ ਬਲੈਕੀ ਦੇ ਪਬਲਿਕ ਰਿਵਿਊ, ਜੇ ਤੁਸੀਂ ਵੀ ਦੇਖਣ ਜਾਓਗੇ ਬਲੈਕੀ ਆ ਤਾਂ ਸਾਨੂੰ ਕਮੈਂਟ ਕਰਕੇ ਜ਼ਰੂਰ ਦੱਸਿਓ ਕਿ ਤੁਹਾਨੂੰ ਕਿਵੇਂ ਲੱਗੀ ਫਿਲਮ। ਸੋ ਹੁਣ ਤੁਸੀਂ ਮੈਨੂੰ ਇਜਾਜ਼ਤ, ਅਗਲੀ ਵਾਰੀ ਫਿਰ ਮਿਲਾਂਗਾ ਇੱਕ ਨਵੀਂ ਮੂਵੀ ਦੇ ਨਾਲ, ਬਾਏ।